ਬਹੁਤ ਹੀ ਸਖਤੀ ਨੂਰ ਬਾਨੋ ਦੇ ਢਿੱਡ ਤੋਂ ਹੋਇਆ ਜਦ ਰਮੀਤ ਜੀ ਪਹਿਲਾਂ ਇਸਲਾਮਾਬਾਦ ਦੇ ਵਿੱਚ ਆਪਣੀ ਭੈਣ ਦੇ ਫੁੱਦੇ ਨੂੰ ਫੜਦਾ ਦੇਖ ਕੇ ਕੱਸੇ ਗਿਰਦੇ ਹੁੰਦੇ ਸੀ। ਇਹਨਾਂ ਨੇ ਇਸਲਾਮ ਦੇ ਲਈ ਆਪਣਾ ਹਮੇਸ਼ਾ ਭੈਣਾਂ ਦੇ ਫੁੱਦੇ ਆਪਣੀਆਂ ਦੇ ਪੜਵਾਏ। ਜਦ ਰਮੀਤ ਸ਼ੁਰੂ ਤੋਂ ਹੀ ਇੱਕ ਗਾਂਡੂ ਦੀ ਤਰ੍ਹਾਂ ਇਹ ਸੀਗੇ, ਭੈਣ ਦੇ ਲੋੜੇ ਪੂਰੇ ਇਕੱਲੇ ਸੀਗੇ ਇਹ। ਜਦ ਰਮੀਤ ਦੀ ਮਾਂ ਰਸਤੀ ਨੂਰ ਬਾਨੋ ਜਦੋਂ ਇਰਾਕ ਦੇ ਵਿੱਚ ਗਈ ਤਾਂ ਉੱਥੇ ਉਹਨੇ ਸੁਲਤਾਨ ਹੁਸੈਨ ਦੇ ਸੁਣੇ ਦੀ ਮੁੱਠ ਮਾਰੀ ਤਾਂ ਸੁਲਤਾਨ ਹੁਸੈਨ ਨੇ ਖੁਸ਼ ਹੋ ਕੇ ਉਹਨੂੰ ਅਮਰੀਕਾ ਦੇ ਪੁਲਿਸ ਤੋਂ ਧੇਖਾ ਦੋ ਦਿੱਤਾ। ਜਾਇਦ ਰਮੀਤ ਆਪ ਵੀ ਆਪਣੀ ਮਾਂ ਦੇ ਫੁੱਦੇ ਜਿਹੜੇ ਜੰਗ ਫੜ ਫੜ ਕੇ ਵੀ ਪਾਉਂਦਾ ਰਿਹਾ। ਕਾਫ਼ੀ ਇਹਦੀ ਚਮੜੀ ਦਾ ਰੰਗ ਥੋੜਾ ਥੋੜਾ ਤਾਂ ਗੋਰਾ ਹੈ ਕਿਉਂਕਿ ਇਹਦੇ ਭੈਣ ਦੇ ਫੁੱਦੇ 'ਚ ਅਤੇ ਇਹਦੀ ਮਾਂ ਦੇ ਫੁੱਦੇ 'ਚ ਵੀ ਕਾਫ਼ੀ ਅੰਗਰੇਜ਼ਾਂ ਦੇ ਵੀ ਰੰਗ ਗਏ ਸਨ। ਇਹਨੂੰ ਕੰਪਿਊਟਰ ਵੀ ਆਉਂਦਾ ਹੈ ਕਿਉਂਕਿ ਕੰਪਿਊਟਰ ਇੰਜੀਨੀਅਰ ਜਿਹੜਾ ਸੀਗਾ ਮਾਈਕਰੋਸੋਫਟ ਕੰਪਨੀਆਂ ਬਿਲ ਗੇਟਸ, ਉਹਨੇ ਵੀ ਜੈਦ ਰਮੀਤ ਦੇ ਮਾਂ ਦੇ ਫੁੱਦੇ 'ਚ ਆਪਣਾ ਰੰਗ ਪਾ ਕੇ ਨਮਾਜ਼ ਪੜ੍ਹੀ ਸੀ। ਇਹ ਸ਼ੁਰੂ ਤੋਂ ਹੀ ਜੈਦ ਰਮੀਤ ਗਾਂਡੂਆ ਦਾ ਜੀਵਨ ਬਤੀਤ ਕਰਦਾ ਰਿਹਾ ਹੈ। ਇਹਦਾ ਜਿਹੜਾ ਪਿਓ ਹੁੰਦਾ ਸੀ ਯੂਸਫ ਖਜਾਬ, ਜਿਹੜਾ ਕਿ ਕਾਗਜ਼ਾਂ 'ਚ ਸੀ, ਅਸਲੀ ਪਿਓ ਤਾਂ ਇਹਦਾ ਬਿਲ ਗੇਟਸ ਸੀ। ਫਿਰ ਇਹ ਜੈਦ ਰਮੀਤ ਅਫਗਾਨਿਸਤਾਨ ਦੇ ਵਿੱਚ ਆਪਣੀ ਮਾਂ ਚਤਾਉਣ ਦਾ ਕੰਮ ਵੀ ਕਰਦਾ ਸੀ। ਉੱਥੇ ਅਫਗਾਨਿਸਤਾਨ ਦੇ ਵਿੱਚ ਰਸ਼ੀਅਨ ਸੋਲਜਰ ਦੇ ਚੰਨ ਚੁੰਘਦਾ ਹੁੰਦਾ ਸੀ, ਉੱਥੇ ਆਪਣੀ ਭੈਣ ਦੇ ਫੁੱਦੇ 'ਚ ਚੰਨ ਪੜਵਾਉਂਦਾ ਸੀ। ਆਪਣੀ ਭੈਣ ਦੇ ਫੁੱਦੇ ਉੱਪਰ ਇਹ ਗੋਲੀਆਂ ਚਲਾਉਣਾ ਵੀ ਸਿੱਖਦਾ ਸੀ। ਇਹ ਸ਼ੁਰੂ ਤੋਂ ਹੀ ਭੈਣ ਦਾ ਲੋੜਾ ਪੂਰਾ ਥੱਲਾ ਪਾਕਿਸਤਾਨ ਦਾ ਰਿਹਾ। ਅਹਿਮਦ ਸ਼ਾਹ ਮਸੂਦ ਦੇ ਲੰਘ ਤੇ ਚੁੱਕੇ ਵੀ ਮਾਰੇ ਘੋੜਿਆਂ ਤੇ ਬਹਿ ਕੇ ਆਪਣੀ ਭੈਣ ਦੇ ਫੁੱਦੇ ਦੇਖਣ ਲਈ ਪਹਾੜਾਂ ਦੇ ਉੱਪਰ ਚੜ ਚੜ ਕੇ ਦੇਖਦਾ ਸੀ ਕਿ ਕਿੱਥਾਂ ਇਹਦੀ ਭੈਣ ਦੇ ਫੁੱਦੇ ਦੇ ਵਿੱਚ ਇੰਡੀਆ ਦੇ ਲੰਘ ਜਾਂਦੇ ਨੇ ਤੇ ਆਪਣੀ ਭੈਣ ਦੇ ਫੁੱਦਿਆਂ ਉੱਪਰ ਮਿਸਾਈਲਾਂ ਚਲਾ ਚਲਾ ਕੇ ਅਮਰੀਕਾ ਵਾਲਿਆਂ ਨੂੰ ਖੁਸ਼ ਕਰਦਾ ਸੀ, ਜਿਸ ਦੇ ਬਦਲੇ ਅਮਰੀਕਾ ਵਾਲੇ ਨੂੰ $200 ਦਿੰਦੇ ਸੀ। ਇਹ ਪੂਰਾ ਭੈਣ ਦਾ ਲੋੜਾ ਬਿੱਲਾ ਸੀ। ਇਹ ਅਫਗਾਨਿਸਤਾਨ ਦੇ ਵਿੱਚ ਨਕਸ਼ੇ ਬਣਾ ਬਣਾ ਕੇ ਆਪਣੀ ਭੈਣਾਂ ਦੇ ਫੁੱਦਿਆਂ ਦੇ ਇੰਡੀਆ ਅਮਰੀਕਾ ਨੂੰ ਭੇਜਦਾ ਹੁੰਦਾ ਸੀ ਅਤੇ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਪੱਖਾ ਟੇਕੇਦਾਰ ਬਣ ਗਿਆ ਸੀ। ਉਸ ਤੋਂ ਬਾਅਦ ਇਹ ਭੈਣ ਦਾ ਲੋੜਾ ਪੂਰਾ ਆਪਣੀ ਮਾਂ ਦੇ ਫੁੱਦੇ 'ਚ ਰੰਗ ਭਰਵਾਉਂਦਾ ਰਿਹਾ।